ਵਿਦੇਸ਼ਾਂ 'ਚ ਜਮ੍ਹਾਂ ਭਾਰਤੀਆਂ ਦੇ ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਭ੍ਰਿਸ਼ਟਾਚਾਰ ਤੇ ਮਾੜੇ ਸਿਆਸੀ ਬਦਲ ਨੂੰ ਬਦਲਣ ਲਈ ਸਵੈਮਾਣ ਯਾਤਰਾ ਕੱਢ ਰਹੇ ਯੋਗ ਗੁਰੂ ਬਾਬਾ ਰਾਮਦੇਵ ਅੱਜ ਕੱਲ੍ਹ ਪੰਜਾਬ 'ਚ ਨੇ। ਮੋਗਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਗੁਰੂਆਂ ਦੇ ਪੈਰਾਂ ਦੀ ਧੂੜ ਸਮਝਦੇ ਨੇ, ਇਸ ਲਈ ਉਹ ਉਹਨਾਂ ਦਾ ਅਪਮਾਨ ਕਰਨ ਬਾਰੇ ਕਿਵੇਂ ਸੋਚ ਸਕਦੇ ਨੇ। ਇੱਕ ਪੰਜਾਬੀ ਅਖ਼ਬਾਰ 'ਚ ਬਾਬੇ ਦੀ ਸਿੱਖਾਂ ਬਾਰੇ ਛਪੀ ਟਿੱਪਣੀ ਸੰਬੰਧੀ ਬਾਬਾ ਰਾਮਦੇਵ ਦਾ ਕਹਿਣਾ ਸੀ ਕਿ ਉਹਨਾਂ ਨੇ ਕਦੇ ਵੀ ਅਜਿਹੀ ਟਿੱਪਣੀ ਨਹੀਂ ਕੀਤੀ। ਯੋਗਾ 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 ਕਰਦੇ ਕਬੱਡੀ ਮੈਦਾਨ 'ਚ ਦਮ ਪਾ ਰਹੇ ਇਹ ਨੇ ਯੋਗ ਗੁਰੂ ਬਾਬਾ ਰਾਮਦੇਵ। ਆਪਣੀ ਭਾਰਤ ਸਵੈਮਾਨ ਯਾਤਰਾ ਲੈ ਕੇ ਪੰਜਾਬ ਪਹੁੰਚੇ ਬਾਬਾ ਰਾਮਦੇਵ ਨੇ ਵਿਸ਼ਵ ਕਬੱਡੀ ਕੱਪ ਦੇ ਮੈਚਾਂ ਦੌਰਾਨ ਮੋਗਾ 'ਚ ਚੰਗੀਆਂ ਰੇਡਾਂ ਕੱਢੀਆਂ। ਉਹਨਾਂ ਇੱਥੇ ਯੋਗ ਕੈਂਪ ਦੌਰਾਨ ਲੋਕਾਂ ਨਾਲ ਆਪਣਾ ਏਜੰਡਾ ਵੀ ਸਾਂਝਾ ਕੀਤਾ। ਮੋਗਾ 'ਚ ਯੋਗ ਕੈਂਪ ਦੌਰਾਨ ਜਦੋਂ ਪੱਤਰਕਾਰਾਂ ਨਾਲ ਬਾਬਾ ਰਾਮਦੇਵ ਗੱਲਬਾਤ ਕਰਨ ਲੱਗੇ ਤਾਂ ਉਹਨਾਂ ਇੱਕ ਪੰਜਾਬੀ ਅਖਬਾਰ 'ਚ ਸਰਦਾਰ ਤੇ ਸੱਪ ਵਾਲੀ ਟਿੱਪਣੀ ਉੱਤੇ ਸਵਾਲ ਪੁੱਛੇ। ਬਾਬਾ ਰਾਮਦੇਵ ਨੇ ਕਿਹਾ ਕਿ ਉਹਨਾਂ ਕਦੇ ਵੀ ਅਜਿਹੀ ਟਿੱਪਣੀ ਨਹੀਂ ਕੀਤੀ। ਜੇਕਰ ਕੋਈ ਗਲਤ ਹਵਾਲੇ ਨਾਲ ਅਜਿਹਾ ਲਿਖ ਰਿਹਾ ਤਾਂ ਉਹ ਖੁਦ ਸਿੱਖਾਂ ਦਾ ਨਿਰਾਦਰ ਕਰ ਰਿਹਾ। ਮੈਨੇ ਜ਼ਿੰਦਗੀ ਮੇ ਪੂਰੇ ਧਰਮ ਵੀ ਜਿਸ ਕੋ ਯਾਦ ਹੋ ਤੋ ਪੂਰੇ ਧਰਮ ਮੇ ਵੀ ਕਭੀ ਮੈਂ ਸਪਨੇ ਮੇ ਵੀ ਨਹੀਂ ਸੋਚਾ ਸਾਂਪ ਔਰ ਸਰਦਾਰ ਕਪੂਰ ਦੇ ਕਹਾਂ ਸੇ ਲਿਆ ਇਧਰ ਇਸ ਤਰ੍ਹਾਂ ਕੀ ਬਾਤੇ ਬਿਨਾਂ ਸਿਰ ਬਹਿ ਕੇ ਔਰ ਜੋ ਐਸੀ ਬਾਤੇ ਲਿਖਤੇ ਵੋ ਖੁਦ ਸਰਦਾਰ ਕਾ ਅਪਮਾਨ ਕਰਤੇ ਇਹ ਗਲਤ ਬਾਤ ਹੈ। ਬਠਿੰਡਾ 'ਚ ਬਾਬਾ ਰਾਮਦੇਵ ਦੇ ਸਮਾਗਮ ਦੌਰਾਨ ਸਟੇਜ ਉੱਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਨੂੰ ਥੱਲੇ ਰੱਖੇ ਜਾਣ ਤੇ ਬਾਬਾ ਰਾਮਦੇਵ ਨੇ ਸਫਾਈ ਦਿੰਦਿਆਂ ਆਪਣੇ ਆਪ ਨੂੰ ਗੁਰੂਆਂ ਦਾ ਦਾਸ ਦੱਸਿਆ। ਇਹ ਜੋ ਭਾਈ ਕੱਲ ਫੋਟੋ ਦਿਖਾ ਰਹੇ ਮੁਝੇ ਕੱਲ ਮੈਂ ਜੋ ਮੰਚ ਤੇ ਬੈਠਾ ਤੋ ਫੋਟੋ ਦੀ ਜੈਸੇ ਮੈਂ ਯਹਾਂ ਪਰ ਬੈਠਾ ਹੂੰ ਫੋਟੋ ਦੇ ਕਰਕੇ ਵੋ ਗਾੜੀ ਮੇ ਲੇ ਜਾ ਰਹੇ ਤੋ ਸਰ ਗਾੜੀ ਸੇ ਲੇ ਕਰਕੇ ਜੋ ਇਹ ਜੋ ਲੜਕਾ ਖੜਾ ਹੈ ਇਸਨੇ ਗਾੜੀ ਵੋ ਫੋਟੋ ਵਾਪਸ ਲੈ ਲਈ ਇਹਨੇ ਹਮ ਮੰਚ ਤੇ ਲਗਾਏਂਗੇ ਗੁਰੂ ਦੀ ਫੋਟੋ ਮੈਂ ਇਹ ਤੋ ਵੋ ਵਾਂ ਸਾਰੇ ਹੋ ਗਏ ਆਪ ਸਤਿਕਾਰ ਕਰਤੇ ਹੈ ਗੁਰੂ ਦਾ ਆਪ ਯਾਦ ਹੋ ਬੋਲਾ ਕੇ ਦੇਖੀ ਮੇਰੇ ਦੀ ਧਰਤੀ ਹੈ ਸੋ ਆਪ ਇਸਕਾ ਸਪਸ਼ਟੀਕਰਨ ਕੀ ਆਪਨੇ ਫੋਟੋ ਮੇ ਕਿਉਂ ਨਹੀਂ ਰਹੀ ਬਗਲ ਮੇ ਕਿਉਂ ਨਹੀਂ ਰਹੀ ਸੁਣੋ ਤੋ ਸਹੀ ਨਾ ਬਤਾ ਰਹਾ ਹੂੰ ਤੋ ਸੁਣੋ ਦੇ ਤਭੀ ਤੁਮੇ ਬਤਾਊਂਗਾ ਤੋ ਇਸਨੇ ਕਿਆ ਕਿਹਾ ਜੋ ਸਵੈਮ ਸੇਵਕ ਲੜਕਾ ਥਾ ਉਸਨੇ ਯੇ ਲੜਕਾ ਹੈ ਜੋ ਫੋਟੋ ਮੈਂ ਆਪਨੇ ਦਿਖਾ ਰੱਖਾ ਮੈਨੇ ਕਿਹਾ ਬੇਟਾ ਇਹ ਜੋ ਹੈ ਯਾ ਨੀਚੇ ਨਹੀਂ ਰੱਖਦੇ ਇਸਨੇ ਜੈਸੇ ਉਹ ਫੋਟੋ ਰੱਖੀ ਮੈਨੇ ਉਸ ਵਹਾਂ ਸੇ ਹਟਵਾ ਦੀ ਮੇਰਾ ਤੋ ਕਰਤਵ ਯਹੀ ਹੈ ਨਾ ਅਬ ਵਹਾਂ ਪਰ ਜਬ ਮੈਂ ਬੈਠਾ ਹੂੰ ਅਬ ਬਰਾਬਰ ਮੈਂ ਇਹ ਤੋ ਸੋਫਾ ਹੈ ਵਹਾਂ ਤੋ ਕੁਰਸੀ ਥੀ ਨਾ ਬੈਠਨੇ ਕੀ ਦੇਖ ਵੀ ਸਕਤੇ ਆਪ ਕਿਸੇ ਵੀ ਦਿਖ ਰਹੀ ਹੈ ਇਹ ਕੁਰਸੀ ਥੀ ਤੋ ਯਹਾਂ ਪਰ ਕੋਈ ਬੈਠਨੇ ਕੀ ਕੋਈ ਫੋਟੋ ਕੀ ਕੋਈ ਜਗ੍ਹਾ ਨਹੀਂ ਥੀ ਰੱਖਨੇ ਕੀ ਮੈਨੇ ਕਿਹਾ ਬੇਟਾ ਇਸ ਫੋਟੋ ਕੋ ਹਟਾ ਲੋ ਤੁਰੰਤ ਵਹਾਂ ਸੇ ਫੋਟੋ ਹਟਾ ਲਈ ਪੂਰੀ ਔਨ ਰਿਕਾਰਡ ਹੈ ਉਸੇ ਪਹਿਲੇ ਉਹ ਸਾਫ ਔਰ ਸੇਕੀ ਦੇਖੇ ਮੈਂ ਬਾਤ ਕਰੂੰ ਬਾਤ ਇੱਕ ਸ਼ਬਦ ਤੋਂ ਬੋਲੋ ਨਾ ਕਹੀਂ ਸੇ ਮੇਰਾ ਔਨ ਰਿਕਾਰਡ ਔਰ ਕਲ ਵੀ ਜੋ ਮੈਂ ਬੋਲਾ ਹੂੰ ਮੇਰਾ ਤੋ ਹਰ ਲਫ਼ਜ਼ ਰਿਕਾਰਡ ਹੋਤਾ ਹੈ ਯੇ ਪੂਰੀ ਹੈ ਔਰ ਕਿਆ ਹੈ ਦੇਖੋ ਮੈਨੇ ਤੋ ਬਾਤ ਆਪਕੋ ਬਤਾ ਦੀ ਭਾਈ ਉਸ ਜਗ੍ਹਾ ਕੇ ਬਾਹਰ ਰੱਖ ਕੇ ਮੈਨੇ ਤੁਰੰਤ ਹਟਾਇਆ ਉਸਕੋ ਔਰ ਮੈਂ ਕਿਆ ਕਰ ਕਿਆ ਹੋਤਾ ਹੈ ਦੇਖੋ ਦੇਖੋ ਇਸਕਾ ਦੇਖੋ ਆਪ ਅਨਯਥਾ ਕਿਸੀ ਚੀਜ਼ ਪੇ ਵੀ ਮੁੱਦਾ ਬਨਾਨਾ ਚਾਹੇ ਤੋ ਦੇਖੋ ਉਸਕਾ ਤੁਮੇ ਮਾਰਾ ਸਵਾਲ ਹੈ ਆਪਸੇ ਮੁੱਦਾ ਹਮਾਰਾ ਨਹੀਂ ਹੈ ਮੇਰਾ ਸਵਾਲ ਆਪ ਮੈਨੇ ਆਪਨੇ ਕਹਾ ਮੈਨੇ ਲਗਾ ਕਾਰ ਸੇ ਆਪਕਾ ਹੋਊਗਾ ਯਾ ਹਮਾਰਾ ਸਰਕਾਰ ਸੇ ਹੋਊਗਾ ਦੇਖੋ ਹਮਨੇ हमने आपने पूछा मैंने प्रामाणिकता से उसका उत्तर दिया है। मैं सदा से अपने आप को गुरुओं का दास मानता हूँ आज भी मानता हूँ उनके चरणों में अपने आप को बैठाता हूँ और उनके चरणों में मानता हूँ और कोई ऐसा करता हूँ उसको रोकता हूँ। ਬਾਬਾ ਰਾਮਦੇਵ ਸਵੈਮਾਨ ਯਾਤਰਾ ਦੌਰਾਨ ਕੇਂਦਰ ਸਰਕਾਰ ਅਤੇ ਕਾਂਗਰਸ ਉੱਤੇ ਤਿੱਖੇ ਹਮਲੇ ਕਰਦੇ ਆ ਰਹੇ ਨੇ ਪਰ ਪੰਜਾਬ 'ਚ ਉਹਨਾਂ ਨਾਲ ਵਿਵਾਦ ਜੋੜਨ ਕਾਰਨ ਉਹਨਾਂ ਦਾ ਕਾਫੀ ਸਮਾਂ ਸਫਾਈ ਦੇਣ ਤੇ ਲੰਘ ਰਿਹਾ ਹੈ। ਮੋਗਾ ਤੋਂ ਸੂਰਜ ਜੈਨ ਨਾਲ ਖੁਸ਼ਹਾਲਾਂ ਲਈ ਡੀਐਨਆਈ ਨਿਊਜ਼।